भाजपा व बलविंदर द्वारा की गई प्रेस कॉन्फ्रेंस को लेकर कैबिनेट मंत्री तृप्त राजेंद्र सिंह भाजपा का कहना था कि वह पार्टी के सिद्धांतों के उल्ट ना कभी चले हैं और ना कभी जाएंगे। पार्टी द्वारा किए गए विकास कार्यों को बटाला में करवा रहे हैं। पंजाब और पंजाब कांग्रेस अध्यक्ष द्वारा उनकी जो ड्यूटी लगाई गई है वे केवल वही कार्य कर रहे हैं। भाजपा का कहना था कि मुख्यमंत्री जो तीन सिद्धांत लेकर चले हैं जिनमें नशा बेरोजगारी व किसान कर्ज माफी ये सभी सिद्धांत पूरे पंजाब में लागू किए जा रहे हैं। धर्म की गल सियासत करने की लोड़ ही कोई नहीं। मैं किहड़े धर्म पिछे छड्या? मेरे को बटाले दे बाबे नानी दे जन्मदिन करके 5.5 साल करके फंड लिते सी कैप्टन साहब ने, उहदी डरमा ग्राउंड लिया। वो मेरी ड्यूटी है भी जिहड़े पैसे होण नेक नीति नाल लगन। ਇਹਦੇ ਵੱਲ ਮੇਰਾ ਕੋਈ ਮਿਸ਼ਨ ਨਹੀਂ। ਉਹ ਕਹਿੰਦੇ ਨੇ ਕਿ ਹਾਈ ਕਮਾਂਡ ਨੇ ਹਰ ਇੱਕ ਨੂੰ ਆਰਡਰ ਕੀਤੇ ਹੋਏ ਨੇ, ਹੁਕਮ ਕੀਤੇ ਹੋਏ ਨੇ, ਕੋਈ ਕਿਸੇ ਦੇ ਮੈਂ ਜੋ ਕਰ ਰਿਹਾ ਹਾਈ ਕਮਾਂਡ ਦੀ ਮਰਜ਼ੀ ਨਹੀਂ ਕਰ ਰਿਹਾ। ਚੀਫ ਮਿਨਿਸਟਰ ਸਾਹਿਬ ਨੂੰ ਪਤਾ ਮੈਂ ਜੋ ਕਰ ਰਿਹਾ, ਜੇ CAD ਰਿਪੋਰਟਾਂ ਭੇਜਦੀ ਸਭ ਕਰਦੀ ਆ। ਅਸੀਂ ਕੋਈ ਗਲਤ CM ਸਭ ਕੋਲ ਲੁਕਾ ਕੇ ਜਾਂ ਜਿਹੜੇ ਸਾਡੇ ਜਾਖੜ ਸਾਹਿਬ ਨੂੰ ਲੁਕਾ ਕੇ ਨਹੀਂ ਮੈਂ ਕੁਛ ਕਰ ਰਿਹਾ। ਉਹਨਾਂ ਨੂੰ ਸਭ ਨੂੰ ਮੇਰੀ ਗੱਲ ਦਾ ਪਤਾ। ਫਿਰ ਕੀ ਕਰਨਾ ਕਿ ਤੁਹਾਨੂੰ ਫਰਸਟ੍ਰੇਸ਼ਨ? ਮੈਂ ਕੋਈ ਨਿਸ਼ਾਨਾ ਨਹੀਂ, ਉਹ ਮੇਰੇ ਸਾਥੀ ਨੇ, ਮੇਰੇ ਭਰਾ ਨੇ, ਕੋਈ ਫਰਸਟ੍ਰੇਸ਼ਨ ਨਹੀਂ, ਕੋਈ ਐਸੀ ਗੱਲ ਨਹੀਂ। ਫਰਸਟ੍ਰੇਸ਼ਨ ਸਵੇਰੀ ਜਾਈ ਪਈ ਆ, ਕੋਈ ਨਹੀਂ, ਮਹਾਰਾਜ ਭਲੇ ਕਰੂਗਾ, ਠੀਕ ਠਾਕ ਹੋ ਜਾਊਗਾ। ਕੱਲ੍ਹ ਇੱਕ ਮੀਟਿੰਗ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਉੱਥੇ ਤੁਸੀਂ ਆਪਣੇ, ਉਹ ਤਾਂ ਮੇਰਾ ਸਾਥੀ ਫਤਿਹਗੜ੍ਹ ਚੂੜੀ ਦਾ ਮੇਰਾ ਸਾਥੀ ਸੀਗਾ, ਉਹ ਇੱਥੋਂ ਗਲਤ ਪਰਚਾ ਕਰਾਉਣਾ ਚਾਹੁੰਦਾ ਸੀ। ਮੈਂ 26 ਬਣਾਉਣਾ ਚਾਹੁੰਦਾ ਸੀ, 24 ਜਾਂ 24 ਰਹਿਣੀ, 26 ਨਹੀਂ ਬਣਨੀ। ਉਹ ਕੋਈ ਗੱਲ, ਮੇਰਾ ਘਰ ਦਾ ਸਾਥੀ ਹੈ। ਕਰਜ਼ਾ ਮਾਫ਼ੀ ਲੈ ਕੇ ਚੱਲੇ, ਨਸ਼ੇ ਦੀ ਲੜਾਈ, ਕਰਕਟ ਨੌਕਰੀ ਦੇ ਸਿਧਾਂਤ ਲੈ ਕੇ ਚੱਲੀ ਕਾਂਗਰਸ। ਜੇ ਉਦੋਂ ਤੱਕ ਸਿਧਾਂਤ ਪੂਰਾ ਹੋ ਜਾਏਗਾ ਤੇ ਕਾਂਗਰਸ ਟਿਕਟ ਲੜ ਲੈਣ, ਜੇ ਸਮਝਣਗੇ ਨਹੀਂ ਪੂਰਾ ਹੈ ਤੇ ਨਾ ਲੜਨ। ਉਹ ਕਹਿੰਦੇ ਹਲਕਾ ਫਤਿਹਗੜ੍ਹ ਚੂੜੀਆਂ 'ਚ ਨਹੀਂ ਲੜਦਾ, ਫਤਿਹਗੜ੍ਹ ਚੂੜੀਆਂ 'ਚ ਮੇਰਾ, ਮੈਂ ਤੇ ਫਤਿਹਗੜ੍ਹ ਚੂੜੀਆਂ ਇਲੈਕਸ਼ਨ ਲੜਨੀ ਹੈ। ਇਹਨਾਂ ਨੂੰ ਕੀ ਵਹਿਮ ਹੋ ਗਿਆ? ਜੇ ਬਟਾਲੇ 'ਚ ਚੰਗਾ ਕੰਮ ਹੋ ਰਿਹਾ ਤਾਂ ਮਤਲਬ ਥੋੜ੍ਹਾ ਮੈਂ ਫਤਿਹਗੜ੍ਹ ਚੂੜੀਆਂ ਛੱਡ ਦੇਣਾ? ਮੈਂ ਫਤਿਹਗੜ੍ਹ ਚੂੜੀ 'ਚ ਲੜਨੀ ਇਲੈਕਸ਼ਨ। ਸਿਖੜੀ ਸਾਹਿਬ ਨੂੰ ਇੱਕ ਵਹਿਮ ਹੋ ਗਿਆ ਵੀ ਮੈਂ ਹਰੇ ਇੱਥੇ ਲੜਨੀ, ਬਿਲਕੁਲ ਨਹੀਂ। ਮੇਰੀ ਡਿਵੈਲਪਮੈਂਟ ਡਿਊਟੀ ਲੱਗੀ, ਹਾਂ, ਜੇ ਮੈਂ ਕੰਮ ਗਲਤ ਕਰਾ ਰਿਹਾ ਜਾਂ ਮੈਂ ਕਮਿਸ਼ਨ ਖਾ ਰਿਹਾ ਜਾਂ ਕੋਈ ਹੇਰਾ ਫੇਰੀ, ਫਿਰ ਗੱਲ ਕਰੋ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ, ਬਾਬੇ ਰਾਣੀ ਦੀ ਮਿਹਰ ਕਰਕੇ ਬਟਾਲੇ ਡਿਵੈਲਪਮੈਂਟ ਹੋ ਰਹੀ ਹੈ, ਉਹਨੂੰ ਹਾਸਲ। ਜਿਹੜਾ ਵੀ ਇਲੈਕਸ਼ਨ ਕਾਂਗਰਸ ਤੋਂ ਲੜੇਗਾ ਉਹਨੂੰ ਫਾਇਦਾ ਹੋਊਗਾ। ਸਿਖੜੀ ਸਾਹਿਬ ਨੂੰ ਵੱਡਾ ਮੰਨ ਕਰਨਾ ਚਾਹੀਦਾ, ਕੋਈ ਐਸੀ ਗੱਲ ਨਹੀਂ। ਉਹਨੇ ਮੇਰੇ ਖਿਲਾਫ਼ ਕੀ ਕਰਨੀ? ਉਹਦੇ ਚੰਗੇ ਬੰਦੇ ਨੇ, ਕੋਈ ਗੱਲ ਨਹੀਂ, ਕੋਈ ਮਨ ਤੇ ਬੋਝ ਨਹੀਂ। ਸੁਹੀ ਬਸਨ ਛੋਟੇ ਭਰਾ ਨੇ, ਵਧਣ ਫੁੱਲ ਫਤਿਹ ਬਾਜਵਾ ਵੀ ਆ ਗਿਆ ਉਸ ਲਾਈਨ 'ਚ। ਚਲੋ ਫਤਿਹ ਬਾਜਵੇ ਦੀ ਤੇ ਮੇਰੀ ਤੁਹਾਨੂੰ ਕਿਹੜਾ, ਤੁਹਾਨੂੰ ਅੱਜ ਦਾ ਥੋੜ੍ਹਾ ਪਤਾ ਸਾਡੇ ਪਿਤਾ ਤੋਂ ਤੁਰਿਆ ਰਿਹਾ ਪਿਆਰ ਜਿਹੜਾ, ਉਹਦੀ ਕੋਈ ਗੱਲ। ਉਹ ਜਾਂ ਤੱਕ ਦੱਸੇ ਉਹਦੇ ਕਿਸ ਹਲਕੇ 'ਚ ਬੰਦਾ ਫਿਰਦਾ, ਕਿਹੜੀ ਪਿੰਡ ਦਿੱਤਾ, ਕੋਈ ਸਾਹਸ ਲੱਗਦਾ ਜਨਰਲ ਗੱਲਾਂ ਕਰਦਾ ਕੀ ਫਾਇਦਾ? ਕੋਈ ਸਪੈਸ਼ਲ ਗੱਲ ਕਰੇ, ਸਿਖੜੀ ਸਾਹਿਬ ਸਪੈਸ਼ਲ ਗੱਲ ਕਰ, ਆਹ ਕੰਮ ਇੱਥੇ ਗਲਤ ਆ। ਫਤਿਹ ਬਾਜਵਾ ਸਪੈਸ਼ਲ ਗੱਲ ਕਰੇ ਵੀ ਇਸ ਪਿੰਡ 'ਚ ਮੇਰੇ ਦਖਲ ਦਾ। ਉਹ ਕਹਿੰਦਾ ਕਿ ਦਖਲਦਾਰੀ ਕਰ ਰਹੇ ਸੀ, ਕਿੱਥੇ? ਮੈਂ ਕਹਿੰਦਾ ਕਿੱਥੇ ਸੀ? ਦੇਖੋ ਇਹ ਦਖਲਦਾਰੀ ਇਲਜ਼ਾਮ ਲਾ ਦੇਣਾ, ਸਪੈਸ਼ਲ ਗੱਲ ਕਰੇ ਵੀ ਕਿੱਥੇ, ਕੀ ਮੈਂ ਗੁਨਾਹ ਕੀਤਾ ਬਟਾਲੇ 'ਚ? ਬਟਾਲੇ ਦੇ ਲੋਕ ਦੱਸਣ ਮੈਂ ਕੀ ਗੁਨਾਹ ਕੀਤਾ, ਫਿਰ ਮੈਂ ਜਵਾਬ ਦਿਆਂਗਾ। ਮੈਂ ਸਿਖੜੀ ਸਾਹਿਬ ਨੂੰ ਜਵਾਬ ਦੇ ਨਹੀਂ, ਮੈਂ ਜਵਾਬ ਦੇ ਆਪਣੇ ਚੀਫ ਮਿਨਿਸਟਰ ਜਿਹੜਾ ਮੇਰਾ ਲੀਡਰ, ਮੈਂ ਸੁਨੀਲ ਜਾਖੜ ਨੂੰ। ਮੇਰੇ ਕੰਮ 'ਚ ਨੁਕਸ ਹੋਊਗਾ ਮੈਨੂੰ ਪੁੱਛ ਲੈਣਾ।